तू ही मेरा
निरंकार, एक तू ही 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 निरंकार, एक तू ही, एक तू ही, एक तू ही निरंकार, तू ही निरंकार। धन गुरु नानक, धन गुरु नानक, जुग जुग तल। शब्द गुरु चवर तखत दे मालिक गुरगद्दी ते विराजमान तन तन श्री गुरु ग्रंथ साहिब पातशाह जी दी पावन पवित्र गोद दा आनंद मान रहे गुरु प्यारी सत्संग जीओ। केवल 2 घंटे ते 10 मिनट दा समा बचिया है अपने कोल। 2 घंटे 10 मिनट तो बाद ओ घड़ी, ओ दिन, ओ समा आरंभ हो जाना है जिस दियाँ पिछले 1 साल तो लगातार निरंतर, क्योंकि साढ़े याद है गुरु नानक पातशाह दे 550 साल अवतार दिहाड़े की खुशी। सब तो पहली हाजरी नानकसर तो नगर कीर्तन 25 नवंबर 2018 नूं आरंभ होया सी। पहला नगर कीर्तन नानकसर तो सुल्तानपुर लोधी। दास आप संगत दियां आसीसां दा सदका उस पहले नगर कीर्तन विच गुरु नानक दे अस्थान की धूड़ी लैके, फिर उस तो बाद गुरु की कृपा नाल साल हो गया अज तकरीबन इन्हां समागमां दियां आरंभता होयां नूं। आओ एक शब्द, शब्द खुट बाबा नानका काहे खर्च, गुरु कृपा करे जिन्हां जिन्हां संगतां ने इस शताब्दी समागम विच जो जो भी सेवावां कीतियां ने एक तिल नहीं भन्ने काले। गुरु नानक दे घर दी कीती होई तिल मात्र दी सेवा भी कदे व्यर्थ नहीं जांदी। पहलो शब्द दी हाजरी सरण कर लो, फिर बेसुमार अथाह अगणित अतोले ज्यों बुलावो जिवें मालक कृपा करनगे आप संगत की हाजरी भरन की कोशिश करांगे। आओ शब्द की हाजरी मन जोड़ो जी। शब्द अखुट बाबा नानका, शब्द अखुट बाबा नानका, बाबा नानका, बाबा नानका, बाबा नानका, बाबा नानका, शब्द अखुट बाबा नानका, शब्द अखुट बाबा नानका, शब्द अखुट बाबा नानका, शब्द अखुट बाबा नानका, बाबा नानका, बाबा नानका, ओ बाबा नानका, करो कृपा, बाबा नानका, बाबा नानका, बाबा नानका, बाबा नानका, शब्द अखुट बाबा नानका, शब्द अखुट बाबा नानका, शब्द अखुट बाबा नानका, शब्द अखुट बाबा नानका। Thank you.
ਸੇਜਰ ਮੂਲ ਨਾ ਥੁੜਿੰਦੋ ਜੇਜਰ ਆਪ ਕਿਰਪਾਲ ਸੇਜਰ ਮੂਲ ਨਾ ਥੁੜਿੰਦੋ ਅਖੁੱਟ ਬਾਬਾ ਨਾਨਕਾ ਸ਼ਬਦ ਅਖੁੱਟ ਬਾਬਾ ਨਾਨਕਾ ਸ਼ਬਦ ਅਖੁੱਟ ਬਾਬਾ ਨਾਨਕਾ ਸ਼ਬਦ
ਕੁੱਟ ਬਾਬਾ ਨਾਨਕਾ ਸ਼ਬਦਿਆ ਕੁੱਟ ਬਾਬਾ ਨਾਨਕਾ ਸ਼ਬਦਿਆ ਕੁੱਟ ਬਾਬਾ ਨਾਨਕਾ ਸ਼ਬਦ ਅਖੁੱਟ ਬਾਬਾ ਨਾਨਕਾ ਦੋ ਸਾਲ ਦਾ ਬੱਚਾ ਹੋਵੇ ਸਿਰ ਤੋਂ ਮਾਂ ਦਾ ਸਾਇਆ ਉੱਠ ਜਾਏ ਦੋ ਸਾਲ ਦਾ ਬੱਚਾ ਇਮੈਜਿਨ ਕਰਿਓ ਥੋੜ੍ਹਾ ਜਿਹਾ ਕੀ ਹਾਲਾਤ ਬਣਨਗੇ ਬੱਚੇ ਦੀ ਉਮਰ ਹੋਵੇ ਦੋ ਸਾਲ ਮਾਂ ਤੁਰ ਜਾਏ ਬੱਚੇ ਦੀ ਉਮਰ ਹੋਵੇ ਸੱਤ ਸਾਲ ਬਾਪ ਵੀ ਤੁਰ ਜਾਏ ਇਹ ਦਰ ਕਿੱਡਾ ਕੁ ਵੱਡਾ ਦਰ ਹੈ ਦਾਦਕੇ ਪਰਿਵਾਰ ਵਿੱਚ ਕੋਈ ਉਸ ਬੱਚੇ ਦੀ ਬਾਂਹ ਨਾ ਪਕੜੇ ਨਾਨਕੇ ਪਰਿਵਾਰ ਵਿੱਚ ਨਾ ਨਾਨਾ ਹੋਵੇ ਅਤੇ ਨਾ ਮਾਮਾ ਹੋਵੇ ਇੱਕ ਨਾਨੀ ਹੋਵੇ ਐਸਾ ਹੋਇਆ 1534 ਵਿੱਚ ਬਾਲਕ ਦਾ ਜਨਮ ਹੁੰਦਾ ਹੈ 1536 ਵਿੱਚ ਮਾਂ ਦੁਨੀਆ ਤੋਂ ਤੁਰ ਜਾਂਦੀ ਹੈ 1541 ਵਿੱਚ ਬਾਪ ਵੀ ਸੰਸਾਰ ਤੋਂ ਰੁਖਸਤ ਹੋ ਜਾਂਦਾ ਹੈ ਕੌਣ ਸੀ ਬਾਲਕ ਭਾਈ ਜੇਠਾ ਭਾਈ ਜੇਠਾ ਸੋਢੀ ਖਾਨਦਾਨ ਵਿੱਚੋਂ ਦੋ ਸਾਲ ਦੀ ਉਮਰ ਵਿੱਚ ਮਾਤਾ ਅਤੇ 7 ਸਾਲ ਦੀ ਉਮਰ ਵਿੱਚ ਬਾਪ ਅਤੇ ਜਦੋਂ ਨਾਨੀ ਆਪਣੀ ਧੀ ਨੂੰ ਆਪਣੇ ਜਵਾਈ ਨੂੰ ਤੋਰ ਕੇ ਦੋਤੇ ਨੂੰ ਲੈ ਕੇ ਥੋੜ੍ਹੇ ਦਿਨ ਇੰਤਜ਼ਾਰ ਕੀਤਾ ਸ਼ਾਇਦ ਕੋਈ ਤਾਇਆ ਚਾਚਾ ਆ ਜਾਏ ਸ਼ਾਇਦ ਕੋਈ ਬੱਚੇ ਦੀ ਬਾਂਹ ਪਕੜ ਲਵੇ ਪਰ ਕੋਈ ਨਹੀਂ ਆਇਆ ਜਦੋਂ ਉਹ ਬੱਚਾ ਨਾਨੀ ਦੀ ਉਂਗਲ ਪਕੜ ਕੇ ਘਰੋਂ ਤੁਰਨ ਲੱਗਦਾ ਹੈ ਚਾਹੀਦਾ ਤੇ ਸੀ ਰਿਸ਼ਤੇਦਾਰ ਸੰਭਾਲਦੇ ਸਾਹਮਣਾ ਤੇ ਕੀ ਸੀ ਉਸ ਵਕਤ ਕਿਹੜੀਆਂ ਕਿਹੜੀਆਂ ਗੱਲਾਂ ਸਨ ਜਿਹੜੀਆਂ ਉਹਨਾਂ ਸ਼ਰੀਕੇ ਵਾਲਿਆਂ ਨੇ ਨਹੀਂ ਸਨ ਕਹੀਆਂ ਕਿਉਂਕਿ ਸਾਡੇ ਇਤਿਹਾਸਿਕ ਤੱਥ ਨੇ ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ ਜੋ ਹਮਰੀ ਵਿਦਹੋਤੀ ਮੇਰੇ ਸਤਿਗੁਰ ਉਸ ਬੱਚੇ ਨੂੰ ਜਦੋਂ ਨਾਨੀ ਆਪਣੀ ਉਂਗਲ ਲਾ ਕੇ ਤੁਰਨ ਲੱਗੀ ਤੇ ਰਿਸ਼ਤੇਦਾਰਾਂ ਨੇ ਇਹ ਕਿਹਾ ਸੀ ਯਤੀਮ ਹੈ ਮਾਂ ਬਾਪ ਦੁਨੀਆ 'ਤੇ ਨਹੀਂ ਕਿਹੜਾ ਇਹਦੇ ਨਾਲ ਵਰਤੇਗਾ ਕਿਹੜਾ ਇਹਦੇ ਨਾਲ ਵਰਤੇਗਾ ਕਿਹੜਾ ਇਸਨੂੰ ਪੜ੍ਹਾਏ ਲਿਖਾਏਗਾ ਕਿਹੜਾ ਇਸਨੂੰ ਘਰ ਬਣਾ ਕੇ ਦਏਗਾ ਕਿਹੜਾ ਇਸਨੂੰ ਲੀੜਾ ਕੱਪੜਾ ਸਿਲਾ ਕੇ ਦਏਗਾ ਇੱਥੋਂ ਤੱਕ ਲੋਕਾਂ ਨੇ ਕਿਹਾ ਸੀ ਕਿਹੜਾ ਇਸਨੂੰ ਆਪਣੀ ਧੀ ਦਏਗਾ ਇਹ ਤੇ ਪਰਿਵਾਰ ਉੱਜੜ ਗਿਆ ਇਹ ਤੇ ਘਰ ਖਤਮ ਹੋ ਗਿਆ ਇਹ ਸੀ 1541 ਦੀ ਵਾਰਤਾ 1541 ਦੀ ਵਾਰਤਾ ਤੇ ਇਹ ਪਿੱਛੇ ਅਸੀਂ ਥੋੜ੍ਹਾ ਸਮਾਂ ਪਹਿਲਾਂ ਗੁਰੂ ਰਾਮਦਾਸ ਜੀ ਦੇ ਅਵਤਾਰ ਦਿਹਾੜੇ ਤੇ ਹਰਿਮੰਦਰ ਸਾਹਿਬ ਦੀ ਉਸ ਲਾਈਨ ਵਿੱਚ ਖੜ੍ਹੇ ਸਾਂ ਜਿੱਥੋਂ ਮੱਥਾ ਟੇਕਣ ਦੀ ਹੁਣ ਕਈ ਵਾਰ ਤਾਂ ਐਸਾ ਹੁੰਦਾ ਨਾ VIP ਲੋਕ ਉਹ ਫਟਾਫਟ ਭੱਜੇ ਜਾਂਦੇ ਨੇ ਭੱਜੇ ਆਉਂਦੇ ਨੇ ਪਰ ਇਹ ਤਰੀਕਾ ਨਹੀਂ ਹੈ ਤਰੀਕਾ ਕੀ ਹੈ ਜਿਹੜੀ ਲਾਈਨ ਸੰਗਤ ਦੀ ਲੱਗੀ ਹੈ ਉੱਥੇ ਖੜ੍ਹੇ ਹੋ ਜਾਓ ਹਾਂ ਤੁਹਾਡਾ ਸਰੀਰ ਨਹੀਂ ਮੰਨਦਾ ਸਰੀਰਕ ਤੌਰ 'ਤੇ ਤੁਸੀਂ ਅਨਫਿੱਟ ਹੋ ਸਰੀਰਕ ਤੌਰ 'ਤੇ ਤੁਸੀਂ ਕੁਛ ਮਜਬੂਰ ਹੋ ਬਿੰਤ ਕਰੋ ਸੇਵਾਦਾਰਾਂ ਦੀ ਉਹ ਲੰਘਣ ਦੇਣ ਗੱਲ ਵੱਖਰੀ ਹੈ ਲੇਕਿਨ ਆਪਣੀ ਹਉਮੈ ਦਾ ਕੰਡਾ ਲੈ ਕੇ ਫਟਾਫਟ ਜਾ ਕੇ ਫਟਾਫਟ ਮੱਥਾ ਟੇਕ ਕੇ ਆਉਣਾ ਮਹਾਂਪੁਰ ਕਹਿੰਦੇ ਸੀ ਜੇ ਤੁਸੀਂ ਉਸ ਲਾਈਨ ਵਿੱਚ ਖੜ੍ਹੇ ਹੋ ਜਾਓਗੇ ਨਾ ਫਿਰ ਤੁਹਾਨੂੰ ਜਮ੍ਹਾਂ ਦੀ ਲਾਈਨ ਵਿੱਚ ਨਹੀਂ ਖੜ੍ਹੇ ਕਰਨਗੇ ਹਰਿਮੰਦਰ ਸਾਹਿਬ ਦੀ ਲਾਈਨ ਵਿੱਚ ਅਸੀਂ ਖੜ੍ਹੇ 5 ਘੰਟੇ ਸਾਨੂੰ ਲੱਗੇ ਮੱਥਾ ਦੀ ਬਾਣੀ ਗੁਰੂ ਰਾਮਦਾਸ ਮਹਾਰਾਜ ਦੀ ਹੈ ਉਦੋਂ ਲੋਕਾਂ ਨੇ ਕਿਹਾ ਸੀ
ਲੀੜਾ ਕੱਪੜਾ ਕੌਣ ਬਣਵਾ ਕੇ ਦਏਗਾ? ਅੱਜ ਤੁਸੀਂ ਹਰਿਮੰਦਰ ਸਾਹਿਬ ਦੇ ਅੰਦਰ ਤੱਕੋ, ਜਿਹੜੇ ਰੁਮਾਲੇ ਤੇ ਚਾਂਦਨੀਆਂ ਨੇ ਨਾ, 2 ਲੱਖ, 3 ਲੱਖ, 4 ਲੱਖ, 5 ਲੱਖ, ਤੇ ਵਾਰੀ ਸਾਲ, 2 ਸਾਲ, 3 ਸਾਲ ਬਾਅਦ। ਜਿਹੜੇ ਲੋਕਾਂ ਨੇ ਕਿਹਾ ਸੀ ਭੁੱਖਾ ਮਰ ਜਾਏਗਾ, ਅੱਜ ਗੁਰੂ ਰਾਮਦਾਸ ਦੇ ਲੜ ਵਿੱਚੋਂ ਲੱਖਾਂ ਭੁੱਖਿਆਂ ਦਾ ਰੋਜ਼ਾਨਾ ਢਿੱਡ ਭਰਿਆ ਜਾ ਰਿਹਾ ਹੈ। ਜਿਹੜੇ ਲੋਕ ਕਹਿੰਦੇ ਸੀ ਇਸਦਾ ਘਰ ਕੌਣ ਬਣਾਏਗਾ, ਅੱਜ ਉਸ ਬਾਪੂ ਦਾ ਸੋਨੇ ਦਾ ਘਰ ਬਣਿਆ ਹੋਇਆ। ਤੇ ਆਖਰੀ ਗੱਲ ਜਿਹੜੀ ਲੋਕਾਂ ਨੇ ਕਹੀ ਸੀ, ਇਸ ਨੂੰ ਰਿਸ਼ਤਾ ਕੌਣ ਦਏਗਾ? ਹੁਣ ਯਾਦ ਰੱਖਿਓ, ਉਹ ਗੁਰੂ ਰਾਮਦਾਸ ਜਿਨ੍ਹਾਂ ਦਾ ਸੂਹੀ ਮਹੱਲਾ ਚੌਥਾ, ਹਰ ਪਹਿਲੜੀ ਲਾਮ, ਲੋਕ ਕਹਿੰਦੇ ਸੀ ਰਿਸ਼ਤਾ ਕੌਣ ਦਏਗਾ, ਤੇ ਹੁਣ ਉਹਦੀ ਬਾਣੀ ਪੜ੍ਹੇ ਤੋਂ ਬਗੈਰ ਕਿਸੇ ਦਾ ਰਿਸ਼ਤਾ ਵੀ ਨਹੀਂ ਹੁੰਦਾ। ਇਹ ਸਭ ਕੁਛ ਕੀ ਹੈ? ਇਹ ਕਿਸੇ ਕਵੀ ਦੀ ਕਲਪਨਾ ਨਹੀਂ, ਕਿਸੇ ਸ਼ਾਇਰ ਦਾ ਖਿਆਲ ਨਹੀਂ, ਗੁਰੂ ਰਾਮਦਾਸ ਖੁਦ ਬਾਣੀ ਵਿੱਚ ਲਿਖ ਰਹੇ ਨੇ, ਜੋ ਹਮਰੀ ਬਦਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਤੇਰਾ, ਜਿੱਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਭਾਈ ਗੁਰੂ ਨਾਨਕ ਦੇ ਘਰ ਦੀ ਜਿੰਨੀ ਹੋ ਸਕੇ ਵੱਧ ਤੋਂ ਵੱਧ ਸੇਵਾ ਕਰ ਲਓ, ਤੇ ਗੁਰੂ ਨਾਨਕ ਦੇ ਘਰ ਦੀ ਤੁਹਾਡੀ ਕੀਤੀ ਹੋਈ ਸੇਵਾ, ਇੱਕ ਤਿਲ ਵੀ ਗੁਰੂ ਨਾਨਕ ਤੁਹਾਡੀ ਸੇਵਾ ਨੂੰ ਵਿਅਰਥ ਨਹੀਂ ਜਾਣਗੇ। ਆਓ ਉਸ ਹੀ ਗੁਰੂ ਰਾਮਦਾਸ ਜੀ ਦੀ ਬਾਣੀ ਦਾ ਸ਼ਬਦ ਸਾਰੇ ਮਿਲ ਕੇ, ਕਿਹੜੀ ਅਰਦਾਸ ਕਰਨੀ ਹੈ ਅੱਜ ਇਹ 550 ਸਾਲਾਂ ਦੀ ਸ਼ਤਾਬਦੀ 'ਤੇ? ਕੋਈ ਆਣ ਲਾਵੇ, ਕੋਈ ਇਹੋ ਜਿਹਾ ਮਿਲ ਜਾਏ, ਕਿਹੋ ਜਿਹਾ ਜਿਹੜਾ ਮਿਲਿਆ ਹੋਵੇ, ਮਿਲਿਆ ਹੋਇਆ ਮਿਲਾਏਗਾ ਨਾ, ਰਸਤਾ ਜਿਸਨੇ ਦੇਖਿਆ ਹੋਵੇਗਾ ਉਹੀ ਮੰਜ਼ਿਲ 'ਤੇ ਪਹੁੰਚਾਏਗਾ, ਅਤੇ ਜਿਹਨੇ ਅਜੇ ਰਸਤਾ ਦੇਖਿਆ ਹੀ ਨਹੀਂ ਭਾਈ, ਉਹਨਾਂ ਕੋਲੋਂ ਥੋੜ੍ਹਾ ਜਿਹਾ ਕਿਨਾਰਾ ਕਰਕੇ ਆਪਣੇ ਮਾਲਕ ਨਾਲ ਅਵਸ਼ਬ ਦੀ ਹਾਜ਼ਰੀ ਭਰ ਲਈਏ। ਫਿਰ 1-2 ਬੇਨਤੀਆਂ ਨਾਲ, 10-35 ਦਾ ਮਤਲਬ 10-34, 10-35 ਤੋਂ ਪਹਿਲਾਂ ਆਪਾਂ ਸਮੇਂ ਨੂੰ ਸੰਪੂਰਨ ਕਰਨਾ ਹੈ, ਕਿਉਂਕਿ ਅੱਜ ਤੋਂ ਬਾਅਦ ਫਿਰ ਇਹ ਸ਼ਤਾਬਦੀ ਸਮਾਗਮਾਂ ਦੀ ਹਾਜ਼ਰੀ ਦਾਸਾਂ ਵੱਲੋਂ ਆਪ ਪਾਸੋਂ ਖਿਮਾ ਮੰਗੀ ਜਾਏਗੀ ਸ਼ਬਦ ਦੀ ਹਾਜ਼ਰੀ ਦੇ ਨਾਲ। ਫਿਰ ਹੁਣ ਮੈਂ ਤਾਂ ਹੈਰਾਨ ਹੋਇਆ ਸੀ, ਭਾਈ ਮਨੀਸ਼ ਜੀ ਕਥਾ ਕਰ ਰਹੇ ਸੀ ਅਤੇ ਇਉਂ ਲੱਗ ਰਿਹਾ ਸੀ ਜਿਵੇਂ ਬਹੁਤ ਪ੍ਰੋਫੈਸ਼ਨਲ ਬੰਦਾ ਕੋਈ ਕਥਾ ਕਰ ਰਿਹਾ ਹੁੰਦਾ, ਕੋਈ ਚਿਹਰੇ 'ਤੇ ਘਬਰਾਹਟ ਨਹੀਂ ਕੋਈ ਬੋਲਣ ਵਿੱਚ, ਕਿਉਂਕਿ ਆਮ ਤੌਰ 'ਤੇ ਤਾਂ ਜਿਹੜੇ ਕਾਰੋਬਾਰੀ ਲੋਕ ਨੇ ਨਾ, ਉਹ ਲੋਕ ਆਮ ਤੌਰ 'ਤੇ ਆਪਣੇ ਕਾਰੋਬਾਰਾਂ ਵਿੱਚ ਇੰਨੇ ਬਿਜ਼ੀ ਹੋ ਚੁੱਕੇ ਨੇ, ਉਹਨਾਂ ਕੋਲ ਸਮਾਂ ਹੀ ਨਹੀਂ ਕਿ ਉਹ ਗੁਰੂ ਘਰ ਆ ਕੇ ਡਿਊਟੀਆਂ ਨਿਭਾ ਸਕਣ। ਪਰ ਇਹ ਤਾਂ ਵੱਡੇ ਭਾਗਾਂ ਵਾਲੇ ਪਰਿਵਾਰ ਨੇ ਭਾਈ, ਜਿਹੜੇ ਵੀ ਸਾਨੂੰ ਕੋਈ ਇਹੋ ਜਿਹਾ ਮਨੀਸ਼ ਕੁਮਾਰ ਵਰਗਾ ਮਿਲ ਜਾਏ, ਕਿਹੋ ਜਿਹਾ ਕੋਈ ਆਣ ਮਿਲਾਵੇ, ਕਿਉਂਕਿ ਮਿਲੇ ਹੋਏ ਨੇ। ਮੈਂ ਤਾਂ ਪਿੱਛੇ, ਅਸੀਂ ਪਿਛਲੇ 4 ਦਿਨਾਂ ਤੋਂ ਦੇਖ ਰਹੇ ਹਾਂ, ਇਹ ਜਦੋਂ ਨਗਰ ਕੀਰਤਨ ਦਾ ਸਮਾਗਮ ਸੀ, ਪਹਿਲੀ ਰਾਤ ਸਾਰੀ ਰਾਤ ਇੱਥੇ ਅਸੀਂ ਜਾ ਕੇ ਹੋਟਲ 'ਚ ਵਿੱਚ ਸੌ ਗਏ, ਅਤੇ ਇੱਕ ਗੁਰਮੁਖ ਪਿਆਰੀ, ਮੈਂ ਇਹਨਾਂ ਨੂੰ ਪੁੱਛਿਆ ਕੋਈ ਆਰਾਮ ਵੀ ਕਰ ਲਿਆ ਕਰੋ, ਵੀ ਜਦੋਂ ਆਉਂਦੇ ਹਾਂ ਤੁਸੀਂ, ਤੁਹਾਨੂੰ ਇੱਥੇ ਛੱਡ ਕੇ ਜਾਂਦੇ ਹਾਂ ਫਿਰ ਆਉਂਦੇ ਹਾਂ, ਤੁਸੀਂ ਇੱਥੇ ਹੀ ਹੁੰਦੇ ਹੋ। ਅਤੇ ਫਿਰ ਮੇਰੇ ਮਨ ਵਿੱਚ ਖਿਆਲ ਆਇਆ ਵੀ ਜਿਹੜੇ ਬਾਪੂ ਦਾ ਜਨਮਦਿਨ ਮਨਾ ਰਹੇ ਹਨ, ਉਹਦਾ ਨਾਂ ਪਤਾ ਹੈ ਕੀ ਸੀ? ਨਾ ਅੱਕਣ ਵਾਲਾ ਅਤੇ ਨਾ ਥੱਕਣ ਵਾਲਾ। ਆਪਣੇ ਸੇਵਾ ਨੂੰ ਵੀ ਉਹਨਾਂ ਨੇ ਇਹੋ ਜਿਹਾ ਹੀ ਬਣਾ ਲਿਆ ਹੈ, ਇਹ ਨਾ ਅੱਕਣ ਵਾਲੇ ਨੇ ਨਾ ਥੱਕਣ ਵਾਲੇ ਨੇ। ਆਓ ਗੁਰੂ ਅੱਗੇ ਅਰਦਾਸ ਕਰੀਏ, ਫਿਰ ਬਾਕੀ ਦੀਆਂ ਬੇਨਤੀਆਂ ਨਾਲ ਸਮੇਂ ਅਨੁਸਾਰ ਸਮਾਪਤੀ ਵੱਲ ਲਵਾਂਗੇ। ਵਾਹੇ ਗੁਰੂ ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੈ ਸਤਿਗੁਰ ਮੇਲੇ, ਹਰ ਹਰ ਨਾਮ ਨਾਮ ਧਿਆਈ। ਕੋਈ
ਮੇਰਾ ਪ੍ਰੀਤਮ ਪਿਆਰਾ ਪਿਆਰਾ ਕੋਈ ਆ ਮਿਲਾ।
ਕੀਰਤਨ ਦੀ ਹਾਜ਼ਰੀ ਵਿੱਚ ਬੇਨਤੀ ਕੀਤੀ ਸੀ ਜਿਹੜੀ ਸਵੇਰੇ ਸੰਗਤ ਟਾਈਮ ਨਾਲ ਆ ਗਈ ਸੀ ਉਹਨਾਂ ਨੂੰ ਪਤਾ ਹੈ। ਬਾਕੀ ਦੀ ਸੰਗਤ ਲਈ ਇਸ਼ਾਰੇ ਮਾਤਰ ਬੇਨਤੀ ਕਰ ਦਈਏ, ਅੱਜ ਸਵੇਰੇ ਦੀ ਹਾਜ਼ਰੀ ਵਿੱਚ ਇੱਕ ਜ਼ਿਕਰ ਆਇਆ ਸੀ ਜਦੋਂ ਪੀਰ ਬਹਾਵਲ ਹੱਕ ਨੇ ਖੁਦਾ ਦੀ ਤਰਫੋਂ ਇੱਕ ਪਾਈਆ ਗਰੀਬੀ ਮੰਗੀ ਅਤੇ ਖੁਦਾ ਨੇ ਕਿਹਾ ਸੀ ਬਹਾਵਲ ਹੱਕ, ਬਾਕੀ ਦੁਨੀਆਂ ਦੀਆਂ ਸਾਰੀਆਂ ਦੌਲਤਾਂ ਸਾਰੇ ਖਜ਼ਾਨੇ ਉਹ ਮੇਰੇ ਪਾਸ ਨੇ, ਜੇ ਤੂੰ ਗਰੀਬੀ ਅਤੇ ਨਿਮਰਤਾ ਲੈਣੀ ਹੈ ਤੈਨੂੰ ਗੁਰੂ ਨਾਨਕ ਦੇ ਘਰ ਜਾਣਾ ਪਏਗਾ। ਅਤੇ ਸਵੇਰੇ ਬੇਨਤੀ ਕੀਤੀ ਸੀ ਗਰੀਬੀ ਦਾ ਮਤਲਬ ਭੁੱਖਮਰੀ ਨਾ ਸਮਝਿਓ, ਗਰੀਬੀ ਦਾ ਮਤਲਬ ਕੰਗਾਲੀ ਨਾ ਸਮਝਿਓ, ਕਿਉਂਕਿ ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ ਮੋਤੀ ਤਾਂ ਮੰਦਰ ਉਸ ਹੈ। ਆਪਾਂ ਸਾਰੇ ਗ੍ਰਿਸ਼ਤੀ ਪਰਿਵਾਰ ਬੈਠੇ ਹਾਂ, ਘਰ ਬਣਾਉਂਦੇ ਹਾਂ, ਕੋਠੀ ਮਕਾਨ ਜਦੋਂ ਅਸੀਂ ਨੀਂਹਾਂ ਪੁੱਟਦੇ ਹਨ, ਨੀਂਹਾਂ ਪੁੱਟਣ ਤੋਂ ਬਾਅਦ ਮਿਸਤਰੀ ਮਜ਼ਦੂਰ ਕੀ ਕਰਦੇ ਨੇ, ਇੱਟ ਸੀਮੈਂਟ ਸਟਰਕਚਰ ਢਾਂਚਾ ਖੜਾ ਹੋ ਜਾਂਦਾ, ਫਿਰ ਉਸ ਪਲਸਤਰ ਕੀਤਾ ਜਾਂਦਾ, ਫਿਰ ਉਸਨੂੰ ਦਰਵਾਜ਼ੇ ਖਿੜਕੀਆਂ ਅਲਾਏ ਜਾਂਦੇ। ਧੰਨ ਗੁਰੂ ਨਾਨਕ ਪਾਤਸ਼ਾਹ ਬਾਣੀ ਦਾ ਸ਼ਬਦ ਯਾਦ ਰੱਖਿਓ, ਗੁਰੂ ਨਾਨਕ ਕਹਿੰਦੇ ਨੇ ਇਹ ਘਰ ਬਣਾਉਣੇ ਗੁਨਾਹ ਨਹੀਂ, ਕੋਠੀਆਂ ਬਣਾਉਣੀਆਂ ਮਾੜੀਆਂ ਨਹੀਂ। ਗੁਰੂ ਨਾਨਕ ਨੇ ਤੇ ਬਹੁਤ ਦੂਰ ਦੀ ਗੱਲ ਕੀਤੀ, ਗੁਰੂ ਨਾਨਕ ਕਹਿੰਦੇ ਉਹ ਭਲਿਓ ਜਿੱਥੇ ਤੁਸੀਂ ਇੱਕ ਇੱਟ ਲਾਈ ਹੈ ਨਾ, ਮਾਲਕ ਤੁਹਾਡੇ ਤੇ ਇੰਨਾ ਮਿਹਰ ਬਣ ਜਾਏ ਤੁਸੀਂ ਇੱਕ ਇੱਟ ਦੀ ਜਗ੍ਹਾ ਤੇ ਇੱਕ ਮੋਤੀ ਲਾ ਦਿਓ, ਇੱਕ ਇੱਟ ਦੀ ਜਗ੍ਹਾ ਤੇ ਇੱਕ ਮੋਤੀ ਲਾ ਦਿਓ। ਜਦੋਂ ਤੁਹਾਡਾ ਮਕਾਨ ਦਾ ਢਾਂਚਾ ਖੜਾ ਹੋ ਜਾਂਦਾ, ਪਲਸਤਰ ਕਰਦੇ ਹੋ, ਸੀਮੈਂਟ ਦੀ ਜਗ੍ਹਾ ਤੇ ਕਸਤੂਰੀ ਦਾ ਪਲਸਤਰ ਕਰੋ, 80,000 ਦੀ ਇੱਕ ਤੋਲਾ ਮਾਰਕੀਟ ਰੇਟ, 80,000 ਇੱਕ ਤੋਲਾ ਕਸਤੂਰੀ ਦਾ ਰੇਟ। ਮੋਤੀ ਇੱਟ ਦੀ ਜਗ੍ਹਾ ਤੇ, ਕਸਤੂਰੀ ਸੀਮੈਂਟ ਦੀ ਜਗ੍ਹਾ ਤੇ। ਫਿਰ ਗੁਰੂ ਨਾਨਕ ਕਹਿੰਦੇ ਜਿਹੜੇ ਤੁਸੀਂ ਇਹ ਖਿੜਕੀਆਂ ਰੋਸ਼ਨਦਾਨ ਦਰਵਾਜ਼ੇ ਲਾਉਂਦੇ ਹੋ, ਟਾਲੀ ਲਾਉਂਦੇ ਹੋ, ਸਾਗਵਾਨ ਲਾਉਂਦੇ ਹੋ, ਅਲਮੀਨੀਅਮ ਲਾਉਂਦੇ ਹੋ, ਗੁਰੂ ਨਾਨਕ ਕਹਿੰਦੇ ਨਹੀਂ, ਤੇਰੇ ਤੇ ਮਾਲਕ ਇੰਨਾ ਦਾਤ ਜਾਏ ਤੂੰ ਜੋੜੀਆਂ ਖਿੜਕੀਆਂ ਪੱਲੇ ਚੰਦਨ ਦੇ ਲਾ ਦੇ। ਇੱਟ ਦੀ ਜਗ੍ਹਾ ਤੇ ਮੋਤੀ, ਸੀਮੈਂਟ ਦੀ ਜਗ੍ਹਾ ਤੇ ਕਸਤੂਰੀ, ਲੱਕੜ ਦੀ ਟਾਲੀ, ਸਾਗਵਾਨ ਕੈਲ ਦੀ ਜਗ੍ਹਾ ਤੇ ਚੰਦਨ। ਪਰ ਇੱਕ ਘੁੰਡੀ ਨੂੰ ਯਾਦ ਰੱਖੀ, ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛੋ ਮਹਾਰਾਜ ਜੀ ਉਹ ਕਿਹੜੀ ਘੁੰਡੀ ਹੈ ਜਿਹੜੀ ਸਾਨੂੰ ਤੁਸੀਂ ਸਮਝਾਉਣ ਦੀ ਗੱਲ ਕਹਿ ਰਹੇ ਹੋ। ਗੁਰੂ ਨਾਨਕ ਕਹਿੰਦੇ ਮੋਤੀ ਤਾਂ ਮੰਦਰ ਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਵਾਂਗੂ ਅਗਰ ਚੰਦਨ ਲੀਪ ਆਵੇ ਚਾਓ, ਧਿਆਨ ਕੀ ਰੱਖਣਾ ਹੈ ਮਤ ਦੇਖ ਭੂਲਾ ਵਿਸਰੈ। ਜਿਹਨੇ ਇਹ ਕੁਛ ਦਿੱਤਾ ਹੈ ਉਹਨੂੰ ਭੁੱਲਣਾ ਜਾਈ, ਤੇਰਾ ਚਿੱਤ ਨਾ ਆਵੇ ਨਾਉ, ਜੇ ਉਹ ਯਾਦ ਹੈ ਤੇਰਾ ਮਹਿਲ ਮੁਬਾਰਕ ਹੈ, ਜੇ ਉਹ ਭੁੱਲ ਗਿਆ ਹੈ ਤੇਰਾ ਮਹਿਲ ਉਹ ਕੌਡੀ ਦੇ ਕੰਮ ਦਾ ਵੀ ਨਹੀਂ। ਉਹ ਕੌਡੀ ਦੇ ਹਿੰਦੁਸਤਾਨ ਦਾ ਸਭ ਤੋਂ ਅਮੀਰ ਆਦਮੀ ਕੌਣ ਹੈ ਆਪ ਜੀ ਨੂੰ ਪਤਾ ਹੋਵੇਗਾ, ਮੁਕੇਸ਼ ਅੰਬਾਨੀ, 7,80,000 700 ਕਰੋੜ ਦੀ ਪ੍ਰੋਪਰਟੀ ਦਾ ਮਾਲਕ ਹੈ, 7,80,700 ਕਰੋੜ। ਤੇ ਪਿੱਛੇ ਜਦੋਂ ਗਣੇਸ਼ ਚਤੁਰਥੀ ਦਾ ਦਿਨ ਆਇਆ ਨਾ, ਦੇਖੋ ਮੈਂ ਬਾਰ ਬਾਰ ਬੇਨਤੀ ਕਰਦਾ ਕਿਸੇ ਧਰਮ ਨੂੰ ਨਾ ਨਿੰਦੋ, ਕਿਸੇ ਨੂੰ ਮਾੜਾ ਕਹਿ ਕੇ ਗੁਰੂ ਨਾਨਕ ਦੇ ਸਿਧਾਂਤ ਦੀ ਉਲੰਘਣਾ ਨਾ ਕਰੋ, ਕਿਉਂਕਿ ਜਿੱਥੇ ਕੋਈ ਖੜਾ ਹੈ ਮੁਬਾਰਕ ਹੈ। ਗਣੇਸ਼ ਚਤੁਰਥੀ ਦਾ ਦਿਨ ਸੀ ਤੇ ਤਕਰੀਬਨ ਸਾਰਾ ਬੰਬੇ ਉਹਨਾਂ ਦੇ ਘਰ ਇਕੱਠਾ ਹੋਇਆ ਸੀ ਉਸ ਦਿਨ ਨੂੰ ਮਨਾਉਣ ਲਈ। ਤੇ ਸਾਡੇ ਮਨ ਵਿੱਚ ਇਹ ਖਿਆਲ ਜਾਇਆ ਸੀ, ਮਨਾ ਧੰਨ ਹੈ ਪਰ ਧੰਨ ਮੁਬਾਰਕ ਹੈ ਜਿਹੜਾ ਮਾਲਕ ਨੂੰ ਯਾਦ ਤੇ ਰੱਖੀ ਬੈਠਾ, ਨਹੀਂ ਤੇ ਮਾਇਆ ਧਾਰੀ ਅੱਤ ਅੰਨਾ ਬੋਲਾ ਹੋ ਜਾਂਦਾ ਹੈ। ਧੰਨ ਆ ਜਾਏ ਫਿਰ ਦੁਨੀਆਂ ਨੂੰ ਭੁੱਲ ਜਾਂਦਾ ਮਾਲਕ ਵੀ ਕੋਈ ਹੈ। ਪਰ ਗੁਰੂ ਨਾਨਕ ਦੀ ਥਿਊਰੀ, ਗੁਰੂ ਨਾਨਕ ਦਾ ਸਿਧਾਂਤ ਇਹ ਹੈ ਭਾਈ ਰਾਜੇ ਬਣ ਜਾਓ। ਅੱਗੇ ਇੱਕ ਪੰਕਤੀ ਹੋਰ ਆਉਂਦੀ ਹੈ, ਸੁਲਤਾਨ ਹੋਵਾਂ ਮੇਲ ਲਸਕਰ, ਤਖ਼ਤ ਰਾਖਾਂ ਪਾਓ। ਤੂੰ ਐਮ ਐਲ ਏ ਦੀ ਗੱਲ ਕਰਦਾ, ਤੂੰ ਮੰਤਰੀ ਪਦ ਦੀ ਗੱਲ ਕਰਦਾ, ਤੂੰ ਮੁੱਖ
ਮੰਤਰੀ ਦੀ ਗੱਲ ਕਰਦੇ ਹਾਂ, ਤੂੰ ਪ੍ਰਧਾਨ ਮੰਤਰੀ ਦੀ ਗੱਲ ਕਰਦੇ, ਗੁਰੂ ਨਾਨਕ ਦੇਵ ਨੇ ਤੂੰ ਸਾਰੀ ਦੁਨੀਆ ਦਾ ਰਾਜਾ ਬਣ ਜਾ, ਸੁਲਤਾਨ ਹੋਵਾਂ, ਮੇਲ ਲਸਕਰ ਤਖਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ, ਸਭ ਆਓ ਫਿਰ ਹੁੰਦੀ ਆ ਗਈ, ਮਤ ਦੇਖ ਭੁੱਲਾ ਵਿਸਰੈ ਤੇਰਾ ਚਿੱਤ ਨਾ ਆਵੇ। ਬਸ ਇਹ ਗੱਲ ਯਾਦ ਰੱਖੀ, ਤੂੰ ਦੁਨੀਆ ਦਾ ਰਾਜਾ ਤੇ ਬਣ ਜਾ, ਪਰ ਮਾਲਕ ਨੂੰ ਭੁੱਲ ਜਾਈ। ਨਾਨਕ ਗਰੀਬ ਟੈ ਪਿਆ। ਮਹਾਰਾਜ ਰਣਜੀਤ ਸਿੰਘ ਦਾ ਇੱਕ ਜ਼ਿਕਰ ਅਸੀਂ ਪੜ੍ਹ ਰਹੇ ਸੀ, ਦੇਖੋ ਸੀ ਮਾਜਾ, ਸਾਰਾ ਪੰਜਾਬ ਕਾਬਲ ਗੁਲਾਰ ਤੱਕ ਉਸਦਾ ਰਾਜ ਸੀ, ਪਰ ਨਿਮਰਤਾ ਦੀ ਇੱਕ ਸਿਖਰ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਵਿੱਚੋਂ ਉਹ ਸਾਡੇ ਸਾਹਮਣੇ ਆਈ। ਉਹ ਕੀ ਸੀ? ਇੱਕ ਦਿਨ ਘੋੜੇ ਦੀ ਸਵਾਰ ਮਹਾਰਾਜਾ ਰਣਜੀਤ ਸਿੰਘ, ਨੌਕਰ ਚਾਕਰ ਅਹਿਲਕਾਰ ਉਸਦੇ ਨਾਲ, ਇੱਕ ਗਲੀ ਵਿੱਚੋਂ ਲੰਘ ਰਿਹਾ ਹੈ। ਉਸੇ ਹੀ ਗਲੀ ਦੇ ਅੰਦਰ ਇੱਕ ਗਰੀਬ ਔਰਤ ਦਾ ਘਰ ਹੈ। ਜਦੋਂ ਉਸਨੇ ਤੱਕਿਆ, ਮਹਾਰਾਜਾ ਘੋੜੇ ਤੇ ਸਵਾਰ ਹੋ ਕੇ ਆ ਰਿਹਾ ਹੈ, ਪਤਾ ਨਹੀਂ ਉਸਦੇ ਮਨ ਵਿੱਚ ਕੈਸਾ ਫੁਰਨਾ ਉੱਠਿਆ। ਘਰ ਦੇ ਅੰਦਰ ਗਈ, ਰੋਟੀਆਂ ਪਕਾਉਣ ਵਾਲਾ ਤਾਬਾ ਚੁੱਕਿਆ ਤੇ ਦਰਵਾਜ਼ੇ ਵਿੱਚ ਆ ਕੇ ਖੜੀ ਹੋ ਗਈ। ਜਦੋਂ ਮਹਾਰਾਜਾ ਰਣਜੀਤ ਸਿੰਘ ਘੋੜੇ ਤੇ ਸਵਾਰ ਉਸਦੇ ਦਰਵਾਜ਼ੇ ਦੇ ਸਾਹਮਣੇ ਲੰਘ ਗਿਆ ਤੇ ਉਸ ਔਰਤ ਨੇ ਦੌੜ ਕੇ ਉਹ ਤਬਾ ਮਹਾਰਾਜਾ ਰਣਜੀਤ ਸਿੰਘ ਕੀਮਤੀ ਪੁਸ਼ਾਕ ਦੇ ਨਾਲ ਰਗੜ ਦਿੱਤਾ। ਨੌਕਰਾਂ ਚਾਕਰਾਂ ਨੇ ਅਹਿਲਕਾਰਾਂ ਨੇ ਪਕੜ ਕੇ ਖਿੱਚ ਕੇ ਪਾਸੇ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਇਸ ਨੂੰ ਲੈ ਕੇ ਮੇਰੇ ਪਾਸ ਆਓ। ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਜਦੋਂ ਉਸ ਔਰਤ ਨੂੰ ਪੇਸ਼ ਕੀਤਾ, ਮਹਾਰਾਜਾ ਰਣਜੀਤ ਸਿੰਘ ਕਹਿੰਦੇ ਬੀਬਾ ਮੇਰਾ ਕਸੂਰ ਕੀ ਹੈ? ਦੇਖੋ ਇੱਕ ਰਾਜ ਹੈ, ਪਰ ਰਾਜ ਮਦ ਨਹੀਂ ਹੈ। ਇੱਕ ਰਾਜਾ ਹੈ ਪਰ ਰਾਜ ਦਾ ਹੰਕਾਰ ਨਹੀਂ ਹੈ। ਸੁਖਮਣੀ ਸਾਹਿਬ ਜੀ ਦਾ 12ਵਾਂ ਸਲੋਕ ਪੜੋਗੇ ਤੇ ਉੱਥੇ ਇੱਕ ਸ਼ਬਦ ਆਉਂਦਾ ਹੈ, ਜਿਸ ਕੈ ਅੰਤਰ ਰਾਜ, ਰਾਜ ਮਾੜੇ ਨਹੀਂ, ਰਾਜ ਦੇ ਹੰਕਾਰ ਮਾੜੇ ਨੇ। ਮਹਾਰਾਜਾ ਰਣਜੀਤ ਸਿੰਘ ਨੇ ਪੁੱਛਿਆ, ਬੀਬਾ ਮੇਰਾ ਕਸੂਰ ਕੀ ਹੈ? ਤੇ ਉਸ ਔਰਤ ਨੇ ਸਹਿਜ ਸੁਭਾਅ ਇੱਕ ਬਚਨ ਕਿਹਾ, ਕਹਿੰਦੀ ਮਹਾਰਾਜਾ ਮੈਂ ਸੁਣਿਆ ਲੋਕ ਤੈਨੂੰ ਪਾਰਸ ਕਹਿੰਦੇ ਨੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੂੰ ਕਈ ਨਾਂ, ਸ਼ੇਰੇ ਪੰਜਾਬ ਆਮ ਇੱਕ ਪ੍ਰਚਲਿਤ ਨਾਮ ਸੀ, ਪਰ ਸ਼ੇਰੇ ਪੰਜਾਬ ਦੇ ਨਾਲ ਨਾਲ ਕਈ ਇਹੋ ਜਿਹੇ ਨਾਮ ਵੀ ਰੱਖੇ ਸਨ। ਉਹਨਾਂ ਵਿੱਚ ਇਹੋ ਜਿਹਾ ਨਾਂ ਇੱਕ ਜਿਸ ਦੇ ਪਾਰਸ ਦੇ ਨਾਮ ਨਾਲ ਮੁਖਾਤਿਬ ਕਰਦੇ ਸੀ ਲੋਕ ਮਹਾਰਾਜਾ ਰਣਜੀਤ ਸਿੰਘ ਨੂੰ, ਤੇ ਉਸ ਔਰਤ ਨੂੰ ਪਤਾ ਸੀ। ਉਸ ਔਰਤ ਨੇ ਆਵਾਜ਼ ਦਿੱਤੀ, ਮਹਾਰਾਜਾ ਮੈਂ ਸੁਣਿਆ ਲੋਕ ਤੈਨੂੰ ਪਾਰਸ ਕਹਿੰਦੇ ਨੇ। ਹਾਂ ਬੀਬਾ ਮੈਨੂੰ ਲੋਕ ਪਾਰਸ ਕਹਿੰਦੇ ਨੇ। ਕਹਿੰਦੀ ਮੈਂ ਇਹ ਵੀ ਸੁਣਿਆ ਜੇ ਪਾਰਸ ਦੇ ਨਾਲ ਲੋਹਾ ਲੱਗ ਜਾਏ ਤੇ ਉਹ ਸੋਨਾ ਬਣ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਬੀਬਾ ਤੂੰ ਠੀਕ ਸੁਣਿਆ, ਪਾਰਸ ਦਾ ਮਤਲਬ ਲੋਹੇ ਨੂੰ ਸੋਨਾ ਬਣਵਾ ਧਾਤ। ਉਸ ਔਰਤ ਨੇ ਸਹਿਜ ਸੁਭਾਅ ਬੇਨਤੀ ਕਰ ਦਿੱਤੀ, ਮਹਾਰਾਜਾ ਮੈਂ ਗਰੀਬ ਔਰਤ, ਮੇਰੇ ਮਨ ਵਿੱਚ ਖਿਆਲ ਆਇਆ ਮਨਾ ਇਹ ਪਾਰਸ ਹੈ, ਇਹ ਲੋਹਾ ਹੈ, ਇਹਦੇ ਨਾਲ ਲਾਵਾਂ ਸੋਨਾ ਬਣ ਜਾਏ ਤੇ ਮੇਰੀ ਗਰੀਬੀ ਕੱਟੀ ਜਾਏ। ਮੇਰਾ ਮਕਸਦ ਤੇਰੀ ਪੁਸ਼ਾਕ ਗੰਦਿਆਂ ਕਰਨ ਦਾ ਨਹੀਂ ਸੀ, ਮੇਰਾ ਮਕਸਦ ਸੀ ਜੇ ਤੂੰ ਪਾਰਸ ਹੋਇਆ ਤੇ ਇਹ ਤਵਾ ਸੋਨੇ ਦਾ ਬਣ ਜਾਣਾ ਹੈ, ਜੇ ਤਵਾ ਸੋਨੇ ਦਾ ਬਣ ਗਿਆ ਤੇ ਮੇਰੀ ਗਰੀਬੀ ਕੱਟੀ ਜਾਣੀ। ਜਦੋਂ ਇਹ ਗੱਲ ਮਹਾਰਾਜਾ ਰਣਜੀਤ ਸਿੰਘ ਨੇ ਸੁਣੀ ਤੇ ਆਪਣੇ ਖਜ਼ਾਨਚੀ ਨੂੰ ਬੁਲਾਇਆ, ਕਹਿਣ ਲੱਗਿਆ ਰਾਜ ਵਿੱਚੋਂ, ਖਜ਼ਾਨੇ ਵਿੱਚੋਂ ਜਿੰਨਾ ਤਵੇ ਦਾ ਭਾਰ ਹੈ ਨਾ, ਉਹਨਾਂ ਇਸ ਔਰਤ ਨੂੰ ਸੋਨਾ ਦਿਓ।
ਇੱਕ ਬੇਨਤੀ ਦੇ ਨਾਲ ਸਮਾਪਤੀ ਕਰਾਂਗੇ। ਨਾਨਕ ਗਰੀਬ ਟੈ ਪਿਆ ਦੁਆਰੇ, ਨਾਨਕ ਗਰੀਬ ਟੈ ਪਿਆ ਦੁਆਰੇ, ਹਰ ਮੇਲੇ ਹੋ ਵਡਿਆਈ, ਨਾਨਕ ਗਰੀਬ ਟੈ ਪਿਆ ਦੁਆਰੇ, ਹਰ ਮੇਲੇ ਹੋ ਵਡਿਆਈ, ਹੋਈ ਪਿੱਛੇ ਚਾਰ ਦੀਵਾਨ ਅਤੇ ਅੱਜ ਪੰਜਵੇਂ ਦੀਵਾਨ ਦੀ ਹਾਜ਼ਰੀ ਸਮਾਪਤੀ, ਕੁਛ ਮਾਲਾ, ਕੁਛ ਕਾਊਂਟਰ, ਕੁਛ ਗੁੱਟ ਵਿੱਚ ਮਾਲਾ ਅਤੇ ਕੁਛ ਕਾਊਂਟਰ, ਉਹਨਾਂ ਕਾਊਂਟਰ ਦੇ ਉੱਪਰ 108 ਮਾਲਾ ਜਿਸ ਤਰ੍ਹਾਂ ਮਣਕੇ ਦੀਆਂ ਹੁੰਦੀਆਂ ਨੇ, 108 ਮਣਕਿਆਂ ਦੀ ਮਾਲਾ ਹੈ ਅਤੇ ਉਸ ਕਾਊਂਟਰ 'ਤੇ 108 ਮਰਿਆਦਾ ਪਰੰਪਰਾ ਸੀ। ਉਹ ਬੇਨਤੀ ਸਵੇਰੇ ਅੱਜ ਸੰਗਤ ਨੇ ਸਾਨੂੰ ਕੁਛ ਇਹ ਹੁਕਮ ਕੀਤੇ ਸਨ, ਕੁਛ ਗੁਰਮੁਖਾਂ ਨੇ ਮਾਲਾ ਲਈਆਂ ਵੀ ਸਨ। ਬਾਬਾ ਮਹਿੰਦ ਸਿੰਘ ਜੀ ਦਾ ਵਚਨ ਹੈ, 6 ਮਾਲਾ ਰੋਜ਼ ਦੀਆਂ ਘੱਟੋ ਘੱਟ ਕਰਨੀਆਂ, ਇਹ ਸਾਡਾ ਨਿਤਨੇਮ ਮੂਲ ਮੰਤਰ ਦਾ ਜਾਪ। 6 ਮਾਲਾ ਹੋ ਜਾਣਗੀਆਂ ਅਤੇ ਸਮਝ ਲਓ ਸਾਡੀ ਦਿਹਾੜੀ ਦਾ ਜਿਹੜਾ ਨਿਤਨੇਮ ਹੈ, ਜਿਹੜੇ ਅੰਮ੍ਰਿਤਧਾਰੀ ਨੇ ਉੱਤੇ 5 ਬਾਣੀਆਂ ਸਵੇਰੇ 2 ਸ਼ਾਮ ਨੂੰ, ਉਸ ਤੋਂ ਇਲਾਵਾ 2 ਸੁਖਮਣੀ ਸਾਹਿਬ ਦੇ ਪਾਠ ਜਾਂ 10 ਜਪਜੀ ਸਾਹਿਬ ਦੇ ਪਾਠ ਜਾਂ 6 ਮਾਲਾ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਦੀਆਂ। ਇਹ ਪਿੱਛੇ 1 ਮਹੀਨੇ ਤੋਂ ਲਗਾਤਾਰ ਬਠਿੰਡੇ ਦੀ ਡਿਊਟੀ ਲੱਗੀ ਹੋਈ ਹੈ ਅਤੇ 10-12 ਪਰਿਵਾਰ ਨੇ ਸਾਡੇ ਕੋਲ, ਸਿਰਫ ਉਹਨਾਂ 10-12 ਪਰਿਵਾਰਾਂ ਨੇ 26 ਲੱਖ ਮੂਲ ਮੰਤਰ ਦਾ ਜਾਪ 2 ਮਹੀਨਿਆਂ ਵਿੱਚ ਕੀਤਾ ਹੈ। 26 ਲੱਖ ਮੂਲ ਮੰਤਰ ਦਾ ਜਾਪ। ਹੁਣ ਕਈ ਵਾਰ ਲੋਕ ਕਹਿੰਦੇ ਨੇ ਜੀ, ਗਿਣਨ ਦੀ ਕੀ ਲੋੜ ਹੁੰਦੀ ਹੈ? ਇੱਕ ਢੰਗ ਹੁੰਦਾ ਹੈ, ਇੱਕ ਤਰੀਕਾ ਹੁੰਦਾ ਹੈ ਸਾਨੂੰ ਗੁਰਬਾਣੀ ਨਾਲ ਜੋੜਨ ਦਾ। ਅਸੀਂ ਸੰਗਤ ਨੂੰ ਉੱਥੇ ਬੇਨਤੀ ਕੀਤੀ ਜੀ, ਤੁਸੀਂ 6 ਮਾਲ ਰੋਜ਼ ਦੀਆਂ ਮੂਲ ਮੰਤਰ ਦੀਆਂ ਕਰਕੇ ਸ਼ਾਮ ਨੂੰ ਸਾਨੂੰ ਲਿਖਾ ਕੇ ਜਾਓ। ਜਿਹੜੇ ਭਾਵਨਾ ਵਾਲੇ ਸਨ, 6, 12, 18, 24, 30, 50 ਮਾਲਾ ਇੱਕ ਇੱਕ ਪਰਿਵਾਰ ਨੇ ਉਹ ਨਿਤਨੇਮ ਕੀਤਾ ਹੈ, ਉਹਨਾਂ ਨੇ ਲਿਖਾਇਆ ਹੈ। ਕੱਲ੍ਹ ਨੂੰ ਸੁਲਤਾਨਪੁਰ ਲੋਧੀ ਜਾ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਉਹ ਸਾਰੀ ਪੇਟਾ ਰੱਖਣੀ ਹੈ। ਮਾਲਾ, ਇਹ ਕਮਰੇ, ਇਹ ਗੁਟਕਿਆਂ ਦੇ ਕਵਰ, ਇਹਨਾਂ ਦੀ ਕੋਈ ਭੇਟਾ ਨਹੀਂ, ਕੋਈ ਸੇਵਾ ਨਹੀਂ, ਕੋਈ ਇਹਨਾਂ ਦੀ ਮਾਇਆ ਨਹੀਂ ਲੈਣੀ। ਇਹ ਕੇਵਲ ਉਹਨਾਂ ਨੂੰ ਦੇਣੇ ਨੇ ਜਿਹੜੇ ਇਸ ਨੇਮ 'ਤੇ, ਬਈ 6 ਮਾਲਾ ਅਸੀਂ ਜਾਂ 650 ਕਾਊਂਟਿੰਗ ਦੇ ਹਿਸਾਬ ਨਾਲ ਮੂਲ ਮੰਤਰ ਇਹ ਅਸੀਂ ਕਰਾਂਗੇ ਅਤੇ ਫਿਰ ਉਹਨਾਂ ਨੂੰ ਜਿੰਨੇ ਵੀ ਆਪ ਜੀ ਨੇ
ਇਹ ਗੁਟ ਮਾਲਾ ਕਾਊਂਟਰ 'ਤੇ ਕਵਰ ਚਾਹੀਦੇ ਨੇ, ਉਹ ਸਾਡੇ ਕੋਲੋਂ ਸਮਾਪਤੀ ਤੋਂ ਬਾਅਦ ਲੈ ਲੈਣਾ। ਆਓ, 5 ਮਿੰਟ ਦਾ ਸਮਾਂ ਬਚਿਆ ਹੈ। ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦੇ ਨਾ ਹੋਏ। ਸਤਿਕਾਰਯੋਗ ਪ੍ਰਧਾਨ ਜੀ ਭਾਈ ਹਰਵਿੰਦਰ ਸਿੰਘ ਜੀ ਬੇਦੀ ਅਤੇ ਉਹਨਾਂ ਦਾ ਸਾਰਾ ਮੰਤਰੀ ਮੰਡਲ, ਜਿਨ੍ਹਾਂ ਨੇ ਦਾਸਾਂ ਨੂੰ ਅੱਜ ਦੇ ਹਾਜ਼ਰੀ ਲਈ ਸਮਾਂ ਦਿੱਤਾ ਹੈ, ਇਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਹੈ। ਅਤੇ ਸਤਿਗੁਰੂ ਜੀ ਅੱਗੇ ਬੇਨਤੀ ਹੈ, ਜਿਸ ਤਰ੍ਹਾਂ ਸਤਿਗੁਰੂ ਜੀ ਇਹ ਸੇਵਾਵਾਂ ਵਿੱਚ ਪ੍ਰਬੰਧਕ ਸਾਹਿਬਾਨ ਲੱਗੇ ਨੇ, ਜਿਸ ਤਰ੍ਹਾਂ ਸੰਗਤ ਯੋਗ ਦੇ ਰਹੀ ਹੈ, ਆਪ ਸਾਰੀ ਸੰਗਤ ਅਤੇ ਪ੍ਰਬੰਧਕਾਂ ਦੇ ਸਿਰ 'ਤੇ ਭਰਿਆ ਹੱਥ ਰੱਖਿਓ। ਆਓ, 3-4 ਦੇ ਅੰਦਰ ਸ਼ਬਦ ਦੀ ਹਾਜ਼ਰੀ, ਉਸ ਤੋਂ ਬਾਅਦ ਫਿਰ ਆਪ ਜੀ ਪਾਸੋਂ ਆਗਿਆ ਲੈ ਕੇ ਅਗਲਾ ਪ੍ਰੋਗਰਾਮ ਜੋ ਹੈ ਬਹੁਤ ਹੀ ਪਿਆਰੇ ਬਹੁਤ ਹੀ ਸਤਿਕਾਰਯੋਗ ਭਾਈ ਜਗਤਾਰ ਸਿੰਘ ਜੀ ਜੂ ਵਾਲੇ ਉਹ ਆਪ ਜੀ ਨਾਲ ਸਾਂਝਾ ਕਰਨਗੇ। ਆਓ, ਸ਼ਬਦ ਦੀ ਹਾਜ਼ਰੀ ਸਰਵਣ ਕਰੋ। ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦੇ ਨਾ ਹੋਏ। ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦੇ ਨਾ ਹੋਏ। ਮਨ ਪਾਇਆ ਏਕੋ ਸਾ